ਸੰਗਤਜੀ ਤਿੱਬਤੀ ਧਾਰਮਿਕ ਨੇਤਾ ਤੇ ਸ਼ਾਂਤੀ ਦੇ ਨੋਬਲ ਇਨਾਮ ਜੇਤੂ ਦলাই ਲਾਮਾ ਦলাই ਲਾਮਾ ਦਾ ਕਹਿਣਾ ਵੀ ਸੰਸਾਰ ਦੇ ਮਹਾਨ ਧਾਰਮਿਕ ਆਗੂਆਂ ਦੇ ਆਕਾਸ਼ ਮੰਡਲ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਅਦੁੱਤੀ ਜੀਵਨ ਯਾਤਰਾ ਕਰਕੇ ਚਮਕਣ ਵਾਲੇ ਸਤਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਚਮਕਣ ਵਾਲੇ ਸਤਾਰੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿੰਨੇ ਵੀ ਅੱਗੇ ਆ ਤਿੱਬਤ ਦੇ ਨਿਵਾਸੀ ਜਿਹੜੇ ਆ ਉਹ ਤਿੱਬਤ ਦੇ ਜਿੰਨੇ ਵੀ ਬੋਧੀ ਹੈਗੇ ਆ ਗੁਰੂ ਨਾਨਕ ਸਾਹਿਬ ਨੂੰ ਆਪਣਾ ਰਖਸ਼ਕ ਆਪਣਾ ਪਾਲਕ ਆਪਣਾ ਇਸ਼ਟ ਮੰਨ ਕੇ ਤੇ ਉਹਨਾਂ ਦੀ ਪੂਜਾ ਕਰਦੇ ਆ ਬਨੰਦਨ ਕਰਦੇ ਆ ਤੇ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਮਾ ਕਹਿ ਕੇ ਤੇ ਹਰ ਇੱਕ ਨੂੰ ਬੜੇ ਮਾਰ ਦੇ ਨਾਲ ਦੱਸਦੇ ਆ ਵੀ ਨਾਨਕ ਲਾਮਾ ਸਾਡੀ ਦੁੱਖ ਦੀ ਘੜੀ ਦੇ ਵਿੱਚ ਬੋੜਦਾ ਏ ਸਾਡੇ ਕਸ਼ਟ ਨਿਵਾਰਦਾ ਏ ਕਹਿੰਦੇ ਤਿੱਬਤ ਦੇ ਵਿੱਚ ਨਾ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਉਸੇ ਤਿੱਬਤ ਦੇ ਵਿੱਚ ਗਏ ਤੇ ਉੱਥੇ ਹਰ ਇੱਕ ਪਾਸੇ ਬਰਫ਼ ਜੰਮੀ ਪਈ ਸੀ ਤੇ ਜਿਸ ਝੀਲ ਤੋਂ ਉਹ ਤਿੱਬਤੀ ਪਾਣੀ ਵਰਤਦੇ ਸੀਗੇ ਉਹ ਸਾਰੀ ਝੀਲ ਵੀ ਜਿਹੜੀ ਜੰਮ ਕੇ ਜਿਹੜੀ ਆ ਬਰਫ਼ ਬਣ ਜਾਂਦੀ ਸੀ ਉਹਨਾਂ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਇਹ ਸਾਨੂੰ ਪਾਣੀ ਦੀ ਇੱਥੇ ਬੜੀ ਸਮੱਸਿਆ ਹੈ ਗਈ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਸੁਣ ਕੇ ਤੇ ਆਪਣੀ ਮਾਲਾ ਨੂੰ ਜੰਮੀ ਹੋਈ ਝੀਲ ਤੇ ਬਖੇਰ ਦਿੱਤਾ ਤੇ ਇਹਨਾਂ ਸਾਰੇ ਤਿਬਤੀਆਂ ਦੇ ਦੇਖਦਿਆਂ ਦੇਖਦਿਆਂ ਹੀ ਕਹਿੰਦੇ ਪਲਾ ਸ਼ਰਾਂ ਦੇ ਵਿੱਚ ਹੀ ਬਰਫ਼ ਵਿੱਚ ਜਿਹੜੀ ਜੰਮੀ ਝੀਲ ਹੀ ਪਿਗਲ ਕੇ ਨਿਰਮਲ ਜਲ ਦਾ ਸਰੋਵਰ ਬਣ ਗਈ ਤੇ ਕਹਿੰਦੇ ਵੀ ਅੱਜ ਤੱਕ ਉਹ ਝੀਲ ਦੇ ਵਿੱਚ ਦੁਬਾਰਾ ਬਰਫ਼ ਨਹੀਂ ਜੰਮੀ ਆ ਗਈ ਤੇ ਉਥੋਂ ਪਾਣੀ ਵਰਤਦੇ ਆਗੇ ਤਿਬਤੀ ਲੋਕ ਗੁਰੂ ਸਾਹਿਬ ਦੇ ਇਸ ਪਰਉਪਕਾਰ ਕਾਰਨ ਅੱਜ ਤੱਕ ਮਹਾਰਾਜ ਦੀ ਪੂਜਾ ਕਰਦੇ ਆ ਗਉ ਦੇ ਘੋ ਦੇ ਨਾਲ ਜੋਤ ਜੋਤ ਜਗਾ ਕੇ ਤੇ ਗੁਰੂ ਨਾਨਕ ਸਾਹਿਬ ਦੀ ਅੱਜ ਤੱਕ ਆਰਤੀ ਉਤਾਰਦੇ ਆ ਗੁਰੂ ਨਾਨਕ ਸਾਹਿਬ ਪ੍ਰਤੀ ਤਿਪਤੀਆਂ ਦੇ ਸਨਮਾਨ ਦੀ ਗੱਲ ਨੂੰ ਹੋਰ ਅੱਗੇ ਤੋਰੀਏ ਤੇ ਤਿਪਤੀਆਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਦੀਆਂ ਹੋਰ ਵੀ ਕਈ ਬਰਕਤਾਂ ਬਖਸ਼ੀਆਂ ਤੇ ਅਨਾਈਤਾਂ ਜਿਹੜੀਆਂ ਸਾਂਭੀਆਂ ਪਈਆਂ ਜਿਨ੍ਹਾਂ ਨੂੰ ਜ਼ਿੰਦਗੀ ਦਾ ਖਜ਼ਾਨਾ ਸਮਝ ਕੇ ਸੰਤੁਸ਼ਟ ਭਾਵਨਾ ਨਾਲ ਗੁਰੂ ਦੇ ਸਤਕਾਰ ਤੇ ਸ਼ਰਧਾ ਵਿੱਚ ਜੋੜ ਕੇ ਜੀਵਨ ਬਤੀਤ ਕਰਦੇ ਆ ਰਹੇ ਨੇ ਲੇ ਤੋਂ ਕਾਰਗਿਲ ਵਾਲੇ ਰਸਤੇ ਦੇ ਸਮੁੰਦਰ ਦੀ ਸਤ੍ਹਾ ਤੋਂ ਕੋਈ 12000 ਫੁੱਟ ਦੀ ਉਚਾਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਉਸਰਿਆ ਉਸ ਗੁਰਦੁਆਰਾ ਸਾਹਿਬ ਨੂੰ ਪੱਥਰ ਸਾਹਿਬ ਗੁਰਦੁਆਰਾ ਕਿਹਾ ਜਾਂਦਾ ਹੈ ਇਸ ਗੁਰਦੁਆਰੇ ਦਾ ਸੰਖੇਪ ਇਤਿਹਾਸ ਜਿਹੜਾ ਉਹ 13 ਤੈਨ 1994 ਵਿੱਚ ਟ੍ਰਿਬਿਊਨ ਪੇਪਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਫੋਟੋ ਦੇ ਨਾਲ ਛਪਿਆ ਸੀ ਤੇ 20ਵੀਂ ਸਦੀ ਦੇ 7ਵੇਂ ਦਹਾਕੇ ਦੇ ਆਖਰੀ ਸਾਲਾਂ ਵਿੱਚ ਲੇ ਤੋਂ ਨੀਮਾ ਸੜਕ ਤੇ ਨਿਰਮਾਣ ਸਮੇਂ ਉਸ ਮਾਰਗ ਦੇ ਵਿਚਕਾਰ ਇੱਕ ਬਹੁਤ ਵੱਡਾ ਪੱਥਰ ਪਿਆ ਹੋਇਆ ਸੀ ਜਿੱਥੇ ਵੀ ਨਵੀਂ ਛੜਕ ਬਣਾ ਰਹੇ ਸੀਗੇ ਬਲਡੋਜ਼ਰ ਚਾਲਕ ਨੇ ਉਸ ਪੱਥਰ ਨੂੰ ਧੱਕੇ ਪਰੇ ਸੁੱਟਣਾ ਚਾਹਿਆ ਪਰ ਕੁਝ ਨਾ ਬਣਿਆ ਉਹ ਪੱਥਰ ਜਿਹੜਾ ਪਿੱਛੇ ਹਟੇ ਨਾ ਹਿੱਲੇ ਨਾ ਜਦੋਂ ਉਹਨੇ ਹੋਰ ਵੀ ਕੋਸ਼ਿਸ਼ ਕੀਤੀ ਤੇ ਬਲਡੋਜ਼ਰ ਦਾ ਬਲੇਡ ਟੁੱਟ ਗਿਆ ਤੇ ਜਿਸ ਕਰਕੇ ਉਹ ਸਾਰਾ ਦਿਨ ਉਥੇ ਕੰਮ ਬੰਦ ਹੋ ਗਿਆ ਕਹਿੰਦੇ ਰਾਤ ਨੂੰ ਬਲਡੋజర్ ਦੇ ਡਰਾਈਵਰ ਨੂੰ ਸੁਪਨਾ ਆਇਆ ਵੀ ਉਹ ਪੱਥਰ ਨੂੰ ਇਥੋਂ ਨਾ ਹਲਾਵੇ ਡਰਾਈਵਰ ਨੇ ਇਸ ਸੁਪਨੇ ਦਾ ਜੇਕਰ ਆਪਣੇ ਫੌਜੀ ਅਫਸਰ ਨਾਲ ਕੀਤਾ ਉਸ ਨੇ ਡਰਾਈਵਰ ਦੀ ਗੱਲ ਨੂੰ ਕੋਈ ਬਹੁਤੀ ਜ਼ਿਆਦਾ ਮਹਤਤਾ ਨਹੀਂ ਦਿੱਤੀ ਤੇ ਹੁਕਮ ਕਰ ਦਿੱਤਾ ਵੀ ਜੇ ਇਹ ਭਾਰੀ ਪੱਥਰ ਜਿਹੜਾ ਬਲਡੋజర్ ਨਾਲ ਪਰੇ ਨਹੀਂ ਹਟਦਾ ਤਾਂ ਇਸ ਨੂੰ ਡਾਇਨਾਮਾਈਟ ਨਾਲ ਉਡਾ ਦੇਣੇ ਇਹ ਕੰਮ ਅਗਲੇ ਦਿਨ ਲਈ ਤੈ ਉਹ ਕਰ ਦਿੱਤਾ ਗਿਆ ਵੀ ਇਹਨੂੰ ਡਾਇਨਾਮਾਈਟ ਦੇ ਨਾਲ ਉਡਾ ਦੇਾਂਗੇ ਤੇ ਉਸੇ ਰਾਤ ਨੂੰ ਅਫਸਰ ਨੂੰ ਵੀ ਇਹ ਸੁਪਨਾ ਆਇਆ ਕਿ ਵੀ ਇਹ ਪੱਥਰ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਅਫਸਰ ਨੇ ਆਪਣੇ ਸੁਪਨੇ ਨੂੰ ਵੀ ਅੰਗੋਲੀਆਂ ਕਰ ਦਿੱਤਾ ਤੇ ਸਵੇਰੇ ਕਾਰਵਾਈ ਜਿਹੜੀ ਆ ਉੱਥੇ ਆਰੰਭ ਕਰਤੀ ਕਹਿੰਦੇ ਵੀ ਜਿਹਦੇ ਦਿਨ ਉਹ ਕਾਰਵਾਈ ਕਰਨ ਲੱਗਾ ਅਚਾਨਕ ਉੱਥੇ ਐਤਵਾਰ ਦਾ ਦਿਨ ਸੀ ਤੇ ਉਸ ਅਫਸਰ ਨੇ ਕੀ ਵੇਖਿਆ ਵੀ ਸਵੇਰੇ ਸਵੇਰੇ ਬਹੁਤ ਸਾਰੇ ਤਿਪਤੀ ਉਸ ਪੱਥਰ ਦੇ ਕੋਲ ਪਹੁੰਚੇ ਤੇ ਹਰ ਇੱਕ ਨੇ ਉਹ ਪੱਥਰ ਦੇ ਅੱਗੇ ਆ ਕੇ ਸਤਕਾਰ ਤੇ ਅਭਾਰ ਪ੍ਰਗਟ ਕੀਤਾ ਮੱਥਾ ਟੇਕਿਆ ਅਫਸਰ ਨੇ ਤਿਬਤੀਆਂ ਨੂੰ ਇਹਦਾ ਕਾਰਨ ਪੁੱਛਿਆ ਤੇ ਉਹਨਾਂ ਦੱਸਿਆ ਕਿ ਇਹ ਪੱਥਰ ਨਹੀਂ ਹੈ ਇਹ ਸਾਡੇ ਪੂਜਨੀਕ ਲਾਮਾ ਗੁਰੂ ਨਾਨਕ ਸਾਹਿਬ ਦੇ ਮੂਮ ਦਾ ਬੁੱਤ ਹੈ ਜਿਸ ਵਿੱਚ ਉਹਨਾਂ ਦੇ ਸੇਰ ਮੋਡਿਆਂ ਦੀ ਪਿੱਠ ਦੀ ਛਾਪ ਲੱਗੀ ਹੋਈ ਤੇ ਫੌਜੀ ਅਫਸਰ ਨੇ ਬੋਧੀ ਤਿਬਤੀਆਂ પાસે ਇਸ ਬਾਰੇ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਦੱਸਿਆ ਵੀ 1515 ਤੋਂ 1518 ਈਸਵੀ ਦੌਰਾਨ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਿੱਕਮ ਨੇਪਾਲ ਤਿੱਬਤ ਤੋਂ ਹੁੰਦੇ ਵਾਪਸ ਸ਼੍ਰੀਨਗਰ ਰਾਹੀਂ ਪੰਜਾਬ ਪਰਤ ਰਹੇ ਸੀਗੇ ਤੇ ਇਸ ਥਾਂ ਤੇ ਆ ਕੇ ਉਹਨਾਂ ਆਰਾਮ ਕੀਤਾ ਸੀ ਰਾਤ ਨੂੰ ਇੱਕ ਬਿਰਧ ਔਰਤ ਉਹਨਾਂ ਪਾਸ ਆਈ ਤੇ ਰੋ ਰੋ ਕੇ ਕਹਿਣ ਲੱਗੀ ਵੀ ਇਸ ਇਲਾਕੇ ਵਿੱਚ ਇੱਕ ਬੜਾ ਵੱਡਾ ਖਤਰਨਾਕ ਰਾਖਸ਼ ਹੈ ਜਿਸ ਨੂੰ ਖੁਸ਼ ਰੱਖਣ ਲਈ ਬਲੀ ਦਿੱਤੀ ਜਾਂਦੀ ਹੈ ਤੇ ਕੱਲ ਬਲੀ ਦੇਣ ਦੀ ਉਸ ਲੜਕੇ ਦੀ ਵਾਰੀ ਹੈ। ਗੁਰੂ ਸਾਹਿਬ ਨੇ ਉਸ ਨੂੰ ਧੀਰਜ ਬਣਾਇਆ ਤੇ ਗੁਰੂ ਸਾਹਿਬ ਜੀ ਨੇ ਫਰਮਾਇਆ ਸਭ ਕੁਝ ਵਾਹਿਗੁਰੂ ਦੀ ਕਿਰਪਾ ਦੇ ਨਾਲ ਠੀਕ ਹੋ ਜਾਏਗਾ ਤੂੰ ਆਪਣੇ ਲੜਕੇ ਨੂੰ ਉੱਥੇ ਰਾਖਸ਼ ਦੇ ਕੋਲ ਬਲੀ ਵਾਸਤੇ ਨਾ ਭੇਦੀ। ਤੇ ਔਰਤ ਨੇ ਕਹਿੰਦੇ ਐਵੇਂ ਕੀਤਾ। ਰਾਖਸ਼ ਗੁੱਸੇ ਵਿੱਚ ਆ ਗਿਆ ਤੇ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਭਾਰੀ ਚਟਾਨ ਰੂਪੀ ਪੱਥਰ ਵਗਾ ਕੇ ਮਾਰਿਆ। ਜਿਹੜਾ ਉਸ ਸਮੇਂ ਭਗਤੀ ਕਰ ਰਿਹਾ ਨਾਨਕ ਲਾਮਾ ਦੀ ਪਿੱਠ ਤੇ ਲੱਗਾ ਤੇ ਉੱਥੇ ਰੁਕ ਗਿਆ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸਰੀਰ ਦੀ ਸ਼ੋਭਾ ਪ੍ਰਾਪਤ ਕਰਕੇ ਉਹ ਪੱਥਰ ਮੋਮਦਾ ਬਣ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਰੇ ਸਰੀਰ ਦੇ ਪਿਛਲੇ ਪਾਸੇ ਦਾ ਜਿਹੜਾ ਚਿੱਤਰ ਸੀਗਾ ਉਸ ਪੱਥਰ ਦੇ ਵਿੱਚ ਇਨ ਬਿਨ ਛਪ ਗਿਆ ਤੇ ਰਾਖਸ਼ ਨੂੰ ਇਹ ਕੌਤਕ ਵੇਖ ਕੇ ਬੜੀ ਸ਼ਰਮਾਈ ਤੇ ਉਹ ਵੀ ਵਲੀ ਕੰਧਾਰੀ ਦੀ ਤਰ੍ਹਾਂ ਉਹਨਾਂ ਦੇ ਚਰਨਾਂ ਤੇ ਆ ਡਿੱਗਾ ਤੇ ਉਹ ਲਾਂਭਿਖਿਵਾ ਕੇ ਨਿਹਾਲ ਹੋ ਗਿਆ ਫੌਦੀ ਅਫਸਰ ਤੇ ਉਸਦੇ ਸਾਥੀਆਂ ਨੇ ਪੱਥਰ ਨੂੰ ਧਿਆਨ ਨਾਲ ਦੇਖਿਆ ਤਾਂ ਉਹਨਾਂ ਨੂੰ ਪੱਥਰ ਵਿੱਚ ਗੁਰੂ ਸਾਹਿਬ ਦਾ ਸਰੀਰ ਛਪਿਆ ਮਹਿਸੂਸ ਹੋਇਆ ਉਹਨਾਂ ਵੀ ਸਤਕਾਰ ਵਿੱਚ ਸੀਸ ਨਵਾਇਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਉਸ ਪੱਥਰ ਨੂੰ ਤੋੜਨ ਦੇ ਪਾਪਾਂ ਤੋਂ ਬਚਾ ਕੇ ਉਹ ਬਚ ਕੇ ਗੁਰੂ ਦੀਆਂ ਮਿਹਰਾਂ ਦੇ ਪਾਤਰ ਬਣ ਗਏ ਹਨ ਇਸ ਜਗ੍ਹਾ ਨੂੰ ਸਹੀ ਸਤਕਾਰ ਬਖਸ਼ਣ ਲਈ ਉੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਜੋ ਐਨ ਕੁਦਰਤ ਦੀ ਗੋਦ ਦੇ ਵਿੱਚ ਹੈ ਤੇ ਤਿਪਤੀ ਬੋਧੀ ਤੇ ਹੋਰ ਯਾਤਰੂ ਉਥੇ ਆਪਣੇ ਸੀਸ ਨਵਾ ਕੇ ਗੁਰੂ ਦੀ ਨਜ਼ਰ ਤੇ ਬਖਸ਼ਿਸ਼ ਪ੍ਰਾਪਤ ਕਰਦੇ ਹਨ ਏਸ਼ੀਆ ਮਹਾਦੀਪ ਦੇ ਜਿੰਨੇ ਵੀ ਵਾਕਫਾ ਕੇ ਹਿੱਸਿਆਂ ਵਿੱਚ ਤੇ ਕਿਸੇ ਵੀ ਹੋਰ avatars ਜਾਂ ਪੈਗੰਬਰ ਨੇ ਆਪਣੇ ਜੀਵਨ ਕਾਲ ਦੌਰਾਨ ਇੰਨੀ ਸਰਬਵਿਆਪੀ ਮਾਨਤਾ ਸਰਕਾਰ ਤੇ ਇੱਜ਼ਤ ਮਾਰਨੀ ਖਟਿਆ ਜਿੰਨਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਹਿੱਸੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ